ਅਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਦੋਸਤੋ ਅੱਜ ਦੀ ਵੀਡੀਓ ਦਾ ਟੌਪਿਕ ਹੈ ਮੈਡੀਕਲ ਬਿੱਲ ਕਿਵੇਂ ਅਪਲਾਈ ਕਰਨਾ ਹੈ ਈ ਪੰਜਾਬ ਦਿੱਤੇ ਤੇ ਸਾਡੇ ਕਾਫੀ ਸਾਰੇ ਸਾਥੀਆਂ ਵੱਲੋਂ ਇਹ ਕੁਐਸਚਨ ਕੀਤਾ ਜਾ ਰਿਹਾ ਸੀ ਕਾਫੀ ਕਮੈਂਟ ਕੀਤੀ ਜਾ ਰਹੀ ਸੀ ਕਿ ਮੈਡੀਕਲ ਬਿਲ ਬਾਰੇ ਥੋੜੀ ਜੀ ਜਾਣਕਾਰੀ ਦਿੱਤੀ ਜਾਵੇ ਸੋ ਮੈਡੀਕਲ ਬਿੱਲ ਦੇ ਬਾਰੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦੇ ਜਿਹੜੀ ਹੈ ਉਹ ਇਸ ਵੀਡੀਓ ਵਿੱਚ ਦੇ ਰਿਆਂ ਜਿਹੜਾ ਪਰਫਾਰਮਾ ਆਜ ਨਾਲ ਅਪਲੋਡ ਹੁੰਦਾ ਹੈਗਾ ਉਹ ਵੀ ਮੈਂ ਇਸ ਵੀਡੀਓ ਦੇ ਨਾਲ 1-2 ਦਿਨਾਂ ਦੇ ਵਿੱਚ ਅਟੈਚ ਕਰਦਾਗਾ ਨੀਚੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚੋਂ ਉਹ ਡਾਊਨਲੋਡ ਕਰ ਸਕਦੇ ਹੋ ਸੋ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਕਿ ਈ ਪੰਜਾਬ ਦੇ ਉੱਤੇ ਮੈਡੀਕਲ ਬਿੱਲ ਕਿਵੇਂ ਅਪਲਾਈ ਕਰਨਾ ਹੈ ਸੋ ਮੈਡੀਕਲ ਬਿੱਲ ਜਿਹੜਾ ਹੁੰਦਾ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਸਾਡੇ ਕਿਸੇ ਸਾਥੀ ਨੂੰ ਮੈਡੀਕਲ ਬਿੱਲ ਅਪਲਾਈ ਕਰਨਾ ਪੈਂਦਾ ਹੈ ਜਾਂ ਕਿਸੇ ਸਾਥੀ ਨੂੰ ਹਸਪੀਟਲ ਐਡਮਿਟ ਹੁੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਇਲਾਜ ਕਰਵਾਉਣਾ ਪੈਂਦਾ ਹੈ ਔਰ ਉਸ ਇਲਾਜ ਦਾ ਜਿਹੜਾ ਪ੍ਰਤੀਪੂਰਤੀ ਹੈ ਉਹ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਸੋ ਉਹ ਬਿੱਲ ਕਿਵੇਂ ਅਪਲਾਈ ਕੀਤਾ ਜਾਂਦਾ ਹੈ ਆਓ ਇਸ ਵੀਡੀਓ ਚ ਦੇਖਦੇ ਹਾਂ ਉਸ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਈ ਪੰਜਾਬ ਦਾ ਜਿਹੜਾ ਲੌਗਇਨ ਹੈ ਉਹ ਕਰ ਲੈਣਾ ਹੈ ਜਿੱਦਾਂ ਹੀ ਤੁਸੀਂ ਇਹ ਪੰਜਾਬ ਦਾ ਲੌਗਇਨ ਕਰਨਾ ਹੈ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੀ ਸਕਰੀਨ ਜਿਹੜੀ ਆ ਜਿਵੇਂ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ ਆ ਜਾਏਗੀ ਇਸ ਦੇ ਵਿੱਚ ਤੁਸੀਂ ਜਾਣਾ ਹੈ ਅਪਲਾਈ ਮੈਨੂ ਦੇ ਉੱਤੇ ਜਦੋਂ ਤੁਸੀਂ ਅਪਲਾਈ ਮੈਨੂ ਦੇ ਉੱਤੇ ਜਾਣਾ ਹੈ ਤੁਹਾਡੇ ਕੋਲ ਇੱਥੇ ਇਹ ਸੈਕਸ਼ਨ ਸ਼ੋ ਹੋਏਗਾ ਮੈਡੀਕਲ ਬਿਲ ਦਾ ਜਿੰਨ ਦਾ ਵਿੱਚ ਤੁਸੀਂ ਮੈਡੀਕਲ ਬਿਲ ਅਪਲਾਈ ਕਰ ਸਕਦੇ ਹੋ ਸੋ ਜਿਵੇਂ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ ਇਹ ਮੈਡੀਕਲ ਬਿਲ ਦੀ ਆਪਸ਼ਨ ਹੈ ਸੈਕੰਡ ਆਪਸ਼ਨ ਹੈ ਅਪਲਾਈ ਮੈਨੂ ਦੇ ਅੰਦਰ ਇਹ ਜਿਹੜੀ ਆ ਸੈਕੰਡ ਰੂ ਜਿਹੜੀ ਕਾਲਮ ਦੇ ਵਿੱਚ অপਸ਼ਨ ਆਂਦੀ ਹੈ ਸੈਕੰਡ ਕਾਲਮ ਦੇ ਵਿੱਚ ਥਰਡ অপਸ਼ਨ ਹੈ ਮੈਡੀਕਲ ਦੀ ਇਸ ਦੇ ਅੰਦਰ ਇਹ অপਸ਼ਨ ਆਂਦੀ ਹੈ ਅਪਲਾਈ ਐਪਲੀਕੇਸ਼ਨ ਫॉर ਮੈਡੀਕਲ ਬਿਲ ਇਜ਼ਤੋਂ ਤੁਸੀਂ ਜਾਓਗੇ ਔਰ ਜਿਹੜਾ ਹੈ ਆਪਣਾ ਮੈਡੀਕਲ ਬਿਲ ਅਪਲਾਈ ਕਰਨਾ ਸੋ ਆਓ ਇੱਕ ਵਾਰੀ ਇੱਥੇ ਕੋਲ ਇਸ অপਸ਼ਨ ਨੂੰ ਆਪਾਂ ఓਪਨ ਕਰਕੇ ਦੇਖ ਲੈਨੇ ਅੰਦਰ ਵਿੱਚ ਕੀ ਕੀ অপਸ਼ਨਸ ਆਂਦੀਆਂ ਨੇ ਕੀ ਕੀ ਜਿਹੜੀ ਹੈ ਫਾਈਲਸ ਆਪਾਂ ਅਪਲੋਡ ਕਰਨੀਆਂ ਨੇ ਮੈਡੀਕਲ ਬਿਲ ਦੇ ਪਾਸੇ ਆਓ ਇੱਕ ਵਾਰੀ ਦੇਖਦੇ ਹਾਂ ਸੋ ਜਿਵੇਂ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ ਇਸ ਤਰੀਕੇ ਦਾ ਪਰਫਾਰਮਾ ਜਿਹੜਾ ਹੈ ਓਪਨ ਹੋ ਜਾਂਦਾ ਹੈ ਮੈਂ ਥੋੜਾ ਜਿਹਾ ਸਕਰੀਨ ਨੂੰ ਵੱਡਾ ਕਰਕੇ ਦਿਖਾ ਦਿੰਦਾ ਤੁ ਕੁਛ ਇਸ ਤਰ੍ਹਾਂ ਦਾ ਮੈਡੀਕਲ ਬਿੱਲ ਦਾ ਪਰਫਾਰਮਾ ਜਿਹੜਾ ਹੈ ਓਪਨ ਹੋ ਜਾਏਗਾ ਇਸ ਵਿੱਚ ਸਭ ਤੋਂ ਪਹਿਲਾਂ ਤਾਂ ਉੱਪਰ ਜਨਰਲ ਡਿਟੇਲ ਹੈ ਜਿਸ ਦੇ ਵਿੱਚ ਤੁਹਾਡੀ ਜਾਣਕਾਰੀ ਹੋਏਗੀ ਤੁਹਾਡੇ ਸਕੂਲ ਦੇ ਇਨਫੋਰਮੇਸ਼ਨ ਹੋਏਗੀ ਸਕੂਲ ਦਾ ਨਾਮ ਡਾਈਸ ਕੋਡ نیچے ਤੁਹਾਡੀ ਆਪਣੀ ਜਾਣਕਾਰੀ ਹੋਏਗੀ ਸਟਾਫ ਦਾ ਨੇਮ ਸਟਾਫ ਦੀ ਆਈਡੀ ਫਾਦਰ ਨੇਮ ਡੇਟ ਆਫ ਬਰਥ ਵਗੈਰਾ ਇਹ ਸਾਡੀ ਤੁਹਾਡੀ ਜਿਹੜੀ ਹੈਗੀ ਹੈ ਪਰਸਨਲ ਜਾਣਕਾਰੀ ਇੱਥੇ ਆਏਗੀ ਉਸ ਤੋਂ ਬਾਅਦ ਆ ਜਾਂਦਾ ਐਂਜਾਇ ਕਲੇਮ ਡਿਟੇਲ ਜਿਹੜਾ ਥਰਡ ਤੁਸੀਂ ਦੇਖੋਗੇ ਇਸ ਪਰਫਾਰਮੈਂਸ ਦੇ ਵਿੱਚ ਆ ਜਾਂਦਾ ਕਲੇਮ ਡਿਟੇਲ ਇਸ ਵਿੱਚ ਸਭ ਤੋਂ ਪਹਿਲਾਂ ਦਾ ਅਸੀਂ ਭਰਨਾ ਹੈ ਬਿੱਲ ਦਾ ਨੰਬਰ ਜਿਸ ਬਿੱਲ ਦੀ ਆਪਾਂ ਕਲੇਮ ਕਰ ਰਹੇ ਹਾਂ ਹੈਲਥ ਡਿਪਾਰਟਮੈਂਟ ਵੱਲੋਂ ਜਿਹੜਾ ਬਿੱਲ ਦਾ ਨੰਬਰ ਹੈ ਉਹ ਇੱਥੇ ਅਸੀਂ ਭਰਨਾ ਹੈਗਾ ਉਸ ਬਿੱਲ ਦਾ ਨੰਬਰ ਭਰਾਂਗੇ ਮੈਡੀਕਲ ਬਿੱਲ ਰਿਲੇਟਿਡ ਇਸ ਨਾਲ ਹੈ ਸੈਲਫ ਲਈ ਹੈ ਜਾਂ ਡਿਪੈਂਡੈਂਟ ਲਈ ਹੈ ਸਭ ਤੋਂ ਪਹਿਲਾਂ ਦਾ ਆਪਾਂ ਨੂੰ ਇਹ ਦੱਸਣਾ ਹੁੰਦਾ ਹੈ ਕਿ ਕੀ ਅਸੀਂ ਜਿਹੜਾ ਬਿੱਲ ਕਲੇਮ ਕਰ ਰਹੇ ਹਾਂ ਉਹ ਸੈਲਫ ਦਾ ਹੈ ਜਾਂ ਡਿਪੈਂਡੈਂਟ ਦਾ ਹੈ ਅਗਰ ਉਹ ਡਿਪੈਂਡੈਂਟ ਦਾ ਹੈ ਦੈਨ ਆਪਾਂ ਇੱਥੋਂ ਦੀ ਆ legitimate children legally adopted child widow daughter wife husband daughter son sister brother kis te waste assi jehda medical bill apply karan ja rahe ha ge jo vi option hoegi oh itthe di jadon aap chus kar lene ha ge ya thodi si selfly kar lene ha te us to baad aap treatment di type dasni hai ki saadi indoor treatment hoyi hai outdoor treatment hoyi hai indoor aur outdoor da jehda meaning a oh main tuhanu das dena pe ਸੋ ਇਨਡੋਰ ਐਂਡ ਆਊਟਡੋਰ ਜਿਹੜਾ ਹੁੰਦਾ ਇਨਡੋਰ ਦਾ ਤਾਂ ਮੈਂ ਤੁਹਾਨੂੰ ਬਾਅਦ ਦਾ ਦੱਸਾਂ ਪਹਿਲਾਂ ਆਊਟਡੋਰ ਦਾ ਦੱਸਦਾ ਆ ਆਊਟਡੋਰ ਹੁੰਦਾ ਹੈ ਕਿ ਜਦੋਂ ਆਪਾਂ OPD ਦੇ ਵਿੱਚ ਗੱਲ ਕਰਦੇ ਹਾਂ ਕਿ ਜਦੋਂ ਕੋਈ ਵੀ ਪੇਸ਼ੈਂਟ ਜਾਂਦਾ ਹੈ ਹਸਪੀਟਲ ਜਾਂ ਕਿਸੇ ਡਾਕਟਰ ਕੋਲ ਉਸ ਨੂੰ ਹਸਪੀਟਲ ਚ ਐਡਮਿਟ ਕਰਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਜਾਂ ਉਸ ਨੂੰ ਉੱਥੇ ਐਡਮਿਟ ਕਰਕੇ ਉਸ ਦਾ ਇਲਾਜ ਕਰਨ ਦੀ ਲੋੜ ਨਹੀਂ ਹੁੰਦੀ ਪੇਸ਼ੈਂਟ ਦੀ ਉਸ ਵਿੱਚ ਇਸ ਵਿੱਚ ਆਪਾਂ ਕਹਿੰਦੇ ਹਾਂ ਉਸ ਨੂੰ ਆਊਟਡੋਰ ਪੇਸ਼ੈਂਟ ਇਨਡੋਰ ਪੇਸ਼ੈਂਟ ਹੁੰਦਾ ਹੈ ਜਾਂ ਇਨਡੋਰ ਟ੍ਰੀਟਮੈਂਟ ਉਹ ਹੁੰਦਾ ਜਿਸ ਦੇ ਵਿੱਚ ਕੀ ਪੇਸ਼ੈਂਟ ਨੂੰ ਜਾਂ ਪਰਸਨ ਨੂੰ ਜਿਹੜਾ ਇਲਾਜ ਕਰਵਾਣ ਗਿਆ ਹੈ ਉਸ ਨੂੰ ਉੱਥੇ ਐਡਮਿਟ ਕਰਨ ਦੀ ਰਿਕੁਆਇਰਮੈਂਟ ਬਣਦੀ ਹੈ ਯਾਨੀ ਕਿ ਅਗਰ ਆਪਾਂ ਕਹ ਲਈਏ ਕਿ ਕੋਈ ਪਰਸਨ ਸੀਗਾ ਜਿਸ ਨੂੰ ਪੇਟ ਦਰਦ ਦੀ ਜਿਹੜੀ ਸ਼ਿਕਾਇਤ ਹੋਈ ਉਹ ਹਸਪੀਟਲ ਗਿਆ ਥੈਨ ਹਸਪੀਟਲ ਆ ਲੈਨਰ ਉਸ ਨੂੰ ਕਿਡਨੀ ਸਟੋਨ ਦਾ ਜਿਹੜਾ ਟ੍ਰੀਟਮੈਂਟ ਕਰਨ ਲਈ ਕਹਿ ਦਿੱਤਾ ਕਿ ਤੁਹਾਡਾ ਆਪਰੇਟ ਹੋਏਗਾ ਔਰ ਤੁਹਾਡਾ ਕਿਡਨੀ ਸਟੋਨ ਜਿਹੜਾ ਰਿਮੂਵ ਕੀਤਾ ਜਾਏਗਾ ਉਸ ਕੇਸ ਦੇ ਵਿੱਚ ਉਹ ਜਿਹੜਾ ਪੇਸ਼ੈਂਟ ਹੈ ਉਹ ਹਸਪੀਟਲ ਐਡਮਿਟ ਹੁੰਦਾ ਹੈ ਉਸ ਦਾ ਇਲਾਜ ਹੁੰਦਾ ਹੈ ਔਰ ਕੁਝ ਇੱਕ ਦਿਨ ਦੇ ਬਾਅਦ ਜਿਹੜੀ ਛੁੱਟੀ ਹੈ ਉਸ ਨੂੰ ਮਿਲਦੀ ਹੈ ਉਸ ਕੇਸ ਵਿੱਚ ਆ ਇੰਡੋਰ ਟ੍ਰ ਸੋ ਜਦੋਂ ਅਸੀਂ ਇੱਥੋਂ ਇਨਡੋਰ ਜਾਂ ਆਊਟਡੋਰ ਚੂਜ਼ ਕਰ ਲੈਨੇ ਹ ਉਸ ਤੋਂ ਬਾਅਦ ਅਸੀਂ ਡੇਟ ਦੱਸਣੀ ਹੁੰਦੀ ਹੈ ਕਿਸ ਤਰੀਕ ਲਈ ਆਪਾਂ ਜਿਹੜਾ ਬਿੱਲ ਕਲੇਮ ਕਰ ਰਿਹਾ ਟ੍ਰੀਟਮੈਂਟ ਦੀ ਡੇਟ ਦੱਸਣੀ ਹੈ ਜਿਹੜੀ ਵੀ ਡੇਟ ਹੈ ਉਸ ਦਾ ਅਕੋਰਡਿੰਗ ਆਪਾਂ ਇੱਥੇ ਡੇਟ ਪਾਣੀ ਹੈ ਟ੍ਰੀਟਮੈਂਟ ਦੀ ਸਟਾਰਟ ਡੇਟ ਜਿਵੇਂ ਕਿ ਆਪਾਂ ਤੁਹਾਨੂੰ ਇਸਪੋਜ਼ ਕਰੋ ਅਕਤੂਬਰ 1 ਤੋਂ ਲੈ ਕੇ 30 ਅਕਤੂਬਰ ਤੱਕ ਦਾ ਅਸੀਂ ਜਿਹੜਾ ਕਲੇਮ ਕਰਨਾ ਹੈਗਾ ਸੋ ਇੱਥੇ ਹੁੰਦੀ ਆਪਾਂ ਟੂ ਡੇਟ ਚੂਜ਼ ਕਰਕੇ 30 ਅਕਤੂਬਰ ਤਾਂ ਚੂਜ਼ ਕਰ ਲਾਂਗੇ ਈ ਆਪਾਂ ਟ੍ਰੀਟਮੈਂਟ ਦੀ ਡੇਟਸ ਦੱਸ ਦਿੱਤੀਆਂ ਟੋਟਲ ਬਿੱਲ ਕਿੰਨਾ ਬਣਿਆ ਸਾਡਾ ਉਸ ਇਲਾਜ ਦਾ ਉਹ ਇੱਥੇ ਭਰਨਾ ਹੈ ਜਿਵੇਂ ਅਸੀਂ ਇੱਥੇ 10000 ਰੁਪਏ ਭਰ ਦਿੰਨੇ ਆ ਅਮਾਉਂਟ ਸੈਂਕਸ਼ਨ ਬਾਈ ਹੈਲਥ ਡਿਪਾਰਟਮੈਂਟ ਹੁਣ ਇੱਥੇ ਉਹ ਅਮਾਉਂਟ ਭਰਨੀ ਹੈ ਜਿਹੜੀ ਹੈਲਥ ਡਿਪਾਰਟਮੈਂਟ ਨੇ ਸੈਂਕਸ਼ਨ ਕਰ ਦਿੱਤਾ ਜਿੱਦਾਂ ਅਸੀਂ ਕਲੇਮ ਕਰਦੇ ਆ ਸਪੋਜ਼ ਕਰੋ ਕਿ ਆਪਾਂ 40000 ਦਾ ਬਿੱਲ ਕਲੇਮ ਕੀਤਾ ਪਰ ਹੈਲਥ ਡਿਪਾਰਟਮੈਂਟ ਨੇ ਆਪਣੇ ਪੰਜਾਬ ਮੈਡੀਕਲ ਬਿੱਲ ਦੇ ਅਕੋਰਡਿੰਗ ਉਸ ਦੇ ਵਿੱਚੋਂ 28000 ਰੁਪਏ پاس ਕੀਤਾ ਦੈਨ ਆਪਾਂ ਉਹ ਅਮਾਉਂਟ ਇੱਥੇ ਭਰਨੀ ਹੈ ਇਹ ਅਮਾਉਂਟ ਜਿਹੜੀ ਹੈਗੀ ਆ ਤੁਹਾਨੂੰ ਹੈਲਥ ਡਿਪਾਰਟਮੈਂਟ ਵੱਲੋਂ ਜਦੋਂ ਤੁਹਾਡਾ ਕੇਸ ਪਾਸੋਂ ਕਿ ਆਂਦਾ ਹੈ ਉਸ ਦੇ ਵਿੱਚ ਤੁਹਾਨੂੰ ਸ਼ੋ ਹੁੰਦੀ ਹੈ ਕਿੰਨੀ ਅਮਾਉਂਟ ਤੁਹਾਡੀ ਜਿਹੜੀ ਹੈ ਪਾਸ ਹੋ ਗਈ ਹੈ ਬ੍ਰੀਫ ਡਿਸਕ੍ਰਿਪਸ਼ਨ ਆ ਜਾਂਦੀ ਹੈ ਇਸ ਦੇ ਵਿੱਚ ਬ੍ਰੀਫ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦੱਸਣਾ ਹੈ ਕਿ ਆਪਾਂ ਇਲਾਜ ਕਿਸ ਚੀਜ਼ ਆ ਕਰਵਾਇਆ ਉਸ ਇਥੇ ਇੱਕ ਸਮਰੀ ਜੀ ਆਪਾਂ ਦਤਾ ਦੱਸਾਂਗੇ ਕੰਪਲੀਟ ਐਡਰੈਸ ਆਫ ਦਾ ਹਸਪੀਟਲ ਅਸੀਂ ਉਸ ਹਸਪੀਟਲ ਦਾ ਇਥੇ ਐਡਰੈਸ ਬਣਾੰਗੀ ਜਿਸ ਦੇ ਵਿੱਚ ਸਾਡਾ ਇਲਾਜ ਚੱਲਿਆ ਹੈਗਾ ਉਹ ਇਥੇ ਆਪਾਂ ਐਡਰੈਸ ਪ੍ਰੋਪਰਲੀ ਇਥੇ ਦੱਸਣਾ ਹੈਗਾ ਐਂਡ ਅਗਰ ਤੁਹਾਡੇ ਇਸ ਮੈਡੀਕਲ ਬਿੱਲ ਨੂੰ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਈ ਵਾਰੀ ਕੀ ਹੁੰਦਾ ਹੈ ਆਬਜੈਕਸ਼ਨ ਵੀ ਲੱਗ ਜਾਂਦਾ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਆਪਣੇ ਡਾਕੂਮੈਂਟ ਜਿਹੜੇ ਕੰਪਲੀਟ ਅਪਲੋਡ ਨਹੀਂ ਕੀਤੇ ਹੁੰਦੇ ਕੁਝ ਅਧੂਰੇ ਹੁੰਦੇ ਜਾਂ ਫਿਰ ਕੋਈ ਅਮਾਉਂਟ ਦਾ ਡਿਫਰੈਂਸ ਆ ਜਾਂਦਾ ਜਾਂ ਕੋਈ ਇਸ ਤਰ੍ਹਾਂ ਦਾ ਇਸ਼ੂ ਆ ਜਾਂਦਾ ਹੈਗਾ ਹੈ ਕਈ ਵਾਰੀ ਅਸੀਂ ਇਨਡੋਰ ਦੀ ਜਗ੍ਹਾ ਤੇ ਆਊਟਡੋਰ ਇਲਾਜ ਭਰ ਕੇ ਜਿਹੜਾ ਅਪਲਾਈ ਕਰ ਦਿੰਦੇ ਹਾਂ ਉਸ ਕੇਸ ਦੇ ਵਿੱਚ ਲੱਗਦਾ ਹੈ ਆਬਜੈਕਸ਼ਨ ਆਬਜੈਕਸ਼ਨ ਲੱਗਣ ਦੇ ਬਾਅਦ ਆਪਾਂ ਕੀ ਕਰਨਾ ਹੁੰਦਾ ਜੋ ਵੀ ਸਾਡਾ ਆਬਜੈਕਸ਼ਨ ਲੱਗਦਾ ਉਸ ਨੂੰ ਆਪਾਂ ਰਿਮੂਵ ਕਰਦੇ ਹੋਏ ਯ ਡਾਕੂਮੈਂਟ ਅਪਲੋਡ ਕਰਕੇ ਸੇਵ ਕਰਨਾ ਹੈਗਾ ਉਸ ਐਪਲੀਕੇਸ਼ਨ ਨੂੰ ਸੋ ਉਸ ਤੋਂ ਬਾਅਦ ਆ ਜਾਂਦਾ ਹੈਲਥ ਡਿਪਾਰਟਮੈਂਟ ਦੀ ਸੈਕਸ਼ਨ ਜੋ ਕਿ ਅਪਲੋਡ ਦੇ ਸੈਕਸ਼ਨ ਦਾ ਨੀਚੇ ਆ ਜਾਂਦਾ ਨਾ ਅਪਲੋਡ ਦਾ ਸੈਕਸ਼ਨ ਇਸ ਦੇ ਵਿੱਚ ਆਪਾਂ ਦੱਸਣਾ ਹੈਲਥ ਡਿਪਾਰਟਮੈਂਟ ਦੀ ਸੈਂਕਸ਼ਨ ਲੈਟਰ ਜੋ ਹੈਲਥ ਡਿਪਾਰਟਮੈਂਟ ਵੱਲੋਂ ਸੈਂਕਸ਼ਨ ਕੀਤੀ ਗਈ ਹੈ ਜਿੰਨਾ ਕਿ ਤੁਹਾਨੂੰ ਇੱਥੇ ਦੱਸਿਆ ਨਾ ਮੈਂ ਕਿ ਹੈਲਥ ਡਿਪਾਰਟਮੈਂਟ ਵੱਲੋਂ ਕਿੰਨੀ ਅਮਾਉਂਟ ਸੈਂਕਸ਼ਨ ਹੋਈ ਉਸੇ ਤਰੀਕੇ ਨਾਲ ਹੈਲਥ ਡਿਪਾਰਟਮੈਂਟ ਜੜੀ ਇੱਕ ਲੈਟਰ ਜਾਰੀ ਕਰਦਾ ਹੈਗਾ ਅਮਾਉਂਟ ਦੇ ਨਾਲ ਉਹ ਹੈਲਥ ਡਿਪਾਰਟਮੈਂਟ ਦੀ ਲੈਟਰ ਜਿਹੜੀ ਸੈਂਕਸ਼ਨ ਇੱਥੇ ਪਰਨੀ ਹੈਗੀ ਹੈ ਸੈਲਫ ਡੈਕਲੇਰੇਸ਼ਨ ਸੈਲਫ ਡੈਕਲੇਰੇਸ਼ਨ ਜਿਹੜੀ ਡਿਪਾਰਟਮੈਂਟ ਵੱਲੋਂ ਜਿਹੜੀ ਬਣਾਈ ਗਈ ਹੈਗੀ ਹੈ ਉਹ ਅਸੀਂ ਇੱਥੇ ਭਰਨੀ ਹੈਗਾ ਜਿਸ ਦੇ ਵਿੱਚ ਆਪਾਂ ਦੱਸਣਾ ਹੁੰਦਾ ਹੈ ਕਿ ਇਹ ਬਿਲ ਜਿਹੜਾ ਹੈਗਾ ਅਸੀਂ ਪਹਿਲਾਂ ਤੋਂ ਕਿਤੇ ਕਲੇਮ ਨਹੀਂ ਕੀਤਾ ਔਰ ਇਹ ਬਿਲ ਜਿਹੜਾ ਹੈਗਾ ਆਪਾਂ ਫਸਟ ਟਾਈਮ ਕਲੇਮ ਕਰ ਰਹੇ ਹਾਂ ਔਰ ਜਿਹੜੀ ਡਿਟੇਲ ਹੈਗੀ ਆ ਉਹ ਇਸ ਦੇ ਵਿੱਚ ਸੈਲਫ ਡੈਕਲੇਰੇਸ਼ਨ ਦੇ ਵਿੱਚ ਆ ਜਾਂਦੀ ਹੈ essential certificate essential certificate ਜਿਹੜਾ ਹੈਗਾ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਵਿੱਚ ਕਹੇ ਕਿ ਕੁਝ ਡਾਕੂਮੈਂਟ ਜਿਹੜੇ ਐਨੇ ਅਪਲੋਡ ਕਰਨੇ ਹੁੰਦੇ ਨੇ ਉਹ ਡਾਕੂਮੈਂਟ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ essential certificate ਹੈ ਜਿਹੜਾ ਕਿ ਮੈਂ ਵੀਡੀਓ ਦੇ ਨਾਲ ਅਪਲੋਡ ਕਰ ਦਵਾਂਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਡਾਕੂਮੈਂਟ ਜਿਹੜਾ essential certificate ਹੈ ਉਹ ਡਾਊਨਲੋਡ ਕਰ ਸਕਦੇ ਹੋ ਇਹ ਪਰਫਾਰਮਾ ਦਾ ਬੇਸਿਕਲੀ ਜੋ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਜਾਂਦਾ ਹੈ ਇਸ ਦੇ ਵਿੱਚ ਜਿਹੜੇ ਵੱਖਰੇ ਵੱਖਰੀਆਂ ਡਿਟੇਲਸ ਹੁੰਦੀਆਂ ਨੇ ਉਹ ਸਾਰੀਆਂ ਡਿਟੇਲਸ ਆਪਾਂ ਭਰ ਕੇ ਜਿਹੜਾ ਇੱਥੇ ਅਪਲੋਡ ਕਰਨਾ ਹੈਗਾ ਡਿਸਚਾਰਜ ਸਲਿੱਪ ਡਿਸਚਾਰਜ ਸਲਿਪ ਨੈਚਰਲੀ ਹੈ ਕਿ ਜਦੋਂ ਜਦੋਂ ਜੇਕਰ ਆਪਾਂ ਹਸਪੀਟਲ ਦੇ ਵਿੱਚ ਐਡਮਿਟ ਹੋਏ ਆਂ ਦੈਨ ਉਹਨਾਂ ਨੇ ਸਾਨੂੰ ਜਦੋਂ ਅਸੀਂ ਉਥੋਂ ਦੀ ਡਿਸਚਾਰਜ ਹੋਇਆ ਉਹਦੋਂ ਸਾਨੂੰ ਇੱਕ ਡਿਸਚਾਰਜ ਸਮਰੀ ਦੇ ਨਾਲ ਡਿਸਚਾਰਜ ਸਲਿਪ ਜਾਰੀ ਕਰਦੇ ਸੋ ਇਸ ਤਰੀਕੇ ਦੇ ਨਾਲ ਅਸੀਂ ਜਦੋਂ ਅਪਲੋਡ ਕਰਦਾਂਗੇ ਤੇ ਸੇਵ ਦੇ ਬਟਨ ਤੇ ਕਲਿੱਕ ਕਰ ਲਾਂਗੇ ਔਰ ਸਾਡਾ ਜਿਹੜਾ ਮੈਡੀਕਲ ਬਿੱਲ ਹੈ ਉਹ ਇੱਥੋਂ ਦੀ ਅਪਲਾਈ ਹੋ ਜਾਏਗਾ ਸਾਨੂੰ ਜਿਹੜੀ ਡਿਟੇਲ ਹੈ ਉਹ ਮਿਲ ਜਾਵੇਗੀ ਆਈ ਹੋਪ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਡੀਕਲ ਬਿੱਲ ਜਦੋਂ ਅਪਲਾਈ ਕਰਦੇ ਤਾਂ ਕਿਵੇਂ ਅਪਲਾਈ ਕਰਨਾ ਜਦੋਂ ਅਸੀਂ ਮੈਡੀਕਲ ਬਿੱਲ ਅਪਲਾਈ ਕਰ ਲੈਂਦੇ ਆ देन ਉਹ ਬਿੱਲ ਆਟੋਮੈਟਿਕਲੀ ਮੈਡੀਕਲ ਬਿੱਲ ਹਿਸਟਰੀ ਦੇ ਵਿੱਚ ਚਲਾ ਜਾਂਦਾ ਜਿਸ ਦੇ ਵਿੱਚ ਸਾਨੂੰ ਸਾਡਾ ਬਿੱਲ ਦਾ ਸਟੇਟਸ ਪਤਾ ਲੱਗਦਾ ਰਹਿੰਦਾ ਹੈ ਕਿ ਸਾਡਾ ਬਿੱਲ ਜਿਹੜਾ ਹੈ ਕਿਸ ਲੈਵਲ ਤੇ ਪੈਂਡਿੰਗ ਹੈ ਜਾਂ ਇਹ ਸੈਂਕਸ਼ਨ ਹੋ ਗਿਆ ਹੈ ਜਾਂ ਨਹੀਂ ਹੋਇਆ ਸੋ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਤੋਂ ਕਲੀਅਰ ਹੋ ਗਿਆ ਮੈਡੀਕਲ ਬਿੱਲ ਕਿਵੇਂ ਅਪਲਾਈ ਕਰਨਾ ਹੈ ਪੰਜਾਬ ਦੇ ਤੇ ਅਗਰ ਤੁਹਾਨੂੰ ਕੋਈ ਵੀ ਕੁਐਸਚਨ ਹੈ ਅਗਰ ਤੁਹਾਨੂੰ ਡਾਕੂਮੈਂਟ ਦੀ ਰਿਕੁਆਇਰਮੈਂਟ ਰੈਨ ਜਾਂਦੀ ਹੈ ਕੋਈ ਕ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਸਾਡਾ ਕੰਮ ਇਹ ਪਸੰਦ ਆਇਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਔਰ ਤਾਂ ਕਿ ਸਾਰੇ ਨੂੰ ਜਾਣਕਾਰੀ ਹੋ ਜਾਏ ਕਿ ਇਹ ਪੰਜਾਬ ਦੇ ਮੈਡੀਕਲ ਬਿੱਲ ਅਪਲਾਈ ਕਰਨਾ ਹੈ ਤਾਂ ਕਿਵੇਂ ਕਰਨਾ ਹੈ ਮਿਲਦੇ ਹਾਂ ਆਪਾਂ ਇਸੇ ਤਰੀਕੇ ਦੇ ਨਾਲ ਨੈਕਸਟ ਵੀਡੀਓਜ਼ ਤਦਨਵਾਦ